ਪੰਜਾਬ ਦਾ ਉਹ ਮੁੰਡਾ ਜਿਹਦੇ ਅੱਜ 12ਵੀਂ ਦੇ ਨਤੀਜੇ ਦੇ ਵਿੱਚੋਂ 100 ਚੋਂ 100% ਆਇਆ। ਜਨਰੇਸ਼ਨ ਜਿਹੜੀ ਉਹ ਸੋਸ਼ਲ ਮੀਡੀਆ 'ਤੇ ਬੜਾ ਜ਼ੋਰ ਆ ਉਹਨਾਂ ਦਾ, ਕੋਈ ਟਾਈਮ ਬਾਉਂਡ ਕੀਤਾ ਸੀ ਇੰਨਾ ਟਾਈਮ ਉੱਥੇ ਲਾਉਣਾ ਹੈਗਾ, ਮੋਬਾਈਲ, ਫੇਸਬੁੱਕ, ਇੰਸਟਾ, ਸਭ ਕੁਛ, ਇਹ ਸਾਰੇ ਕਿਸੇ 'ਤੇ ਨਹੀਂ। ਉਹ ਅਕਾਊਂਟਸ ਬਣੇ ਹੋਏ ਸੀਗੇ ਪਹਿਲਾਂ, ਪਰ ਆਪਾਂ ਐਕਟਿਵ ਨਹੀਂ ਗਏ ਜੀ ਉੱਥੇ ਜਮ੍ਹਾਂ ਵੀ। ਮੇਰਾ ਇੰਡੀਆ ਦੇ ਵਿੱਚ ਲੈਣ ਦਾ ਹੈਗਾ ਸੁਪਨਾ ਜੀ, ਮੈਂ ਆਫਿਸਰ ਬਣਨਾ ਚਾਹੁੰਦਾ ਆਰਮੀ ਦੇ ਵਿੱਚ। ਆਰਮੀ ਇੱਕ ਇਹੋ ਜਿਹੀ ਲੈਣ ਆ, ਅੱਜ ਕੱਲ੍ਹ ਤਾਂ ਪੰਜਾਬ ਦੇ ਬੱਚੇ ਜਿਹੜੇ ਆ ਉਹ ਦੇਸ਼ ਨੂੰ ਜਾਣ ਦੀ ਗੱਲ ਕਰਦੇ ਆ, ਤੇ ਦੇਸ਼ ਵਾਲੀ ਲੈਣ ਦੇ ਵਿੱਚ ਹੈ ਨਾ ਆਰਮੀ ਦੇ ਵਿੱਚ। ਕਿਵੇਂ ਸੋਚਿਆ, ਕਿਹਨੇ ਮੋਟੀਵੇਟ ਕੀਤਾ ਕੁਛ? ਹਾਂਜੀ, ਮਤਲਬ ਪਾਪਾ ਦਾ ਥੋੜ੍ਹਾ ਜਿਹਾ ਗੁੱਸੇ ਵਾਲਾ ਮਾਹੌਲ ਹੈ, ਤੇ ਮੰਮਾ ਥੋੜ੍ਹਾ ਜਿਹਾ ਹਾਂਜੀ ਪਿਆਰ ਨਾਲ ਵੀ। ਹਾਸ਼ਮ ਫਤਿਹ ਨਸੀਬ ਤਿੰਨਾ ਜਿੰਨਾ ਹਿੰਮਤ ਯਾਰ ਬਣਾਈ, ਤੁਹਾਡੇ ਸਨਮੁੱਖ ਕਰਨ ਜਾ ਰਹੇ ਹਾਂ ਪੰਜਾਬ ਦਾ ਉਹ ਮੁੰਡਾ ਜਿਹਦੇ ਅੱਜ 12ਵੀਂ ਦੇ ਨਤੀਜੇ ਦੇ ਵਿੱਚੋਂ 100 ਚੋਂ 100% ਆਇਆ। ਬੇਸ਼ੱਕ ਪੰਜਾਬ 'ਚੋਂ ਦੂਜਾ ਸਥਾਨ ਹੈ, ਕਿਉਂਕਿ ਮੈਰਿਟ ਦੇ ਨਿਯਮਾਂ ਦੇ ਅਨੁਸਾਰ ਕਿਤੇ ਨਾ ਕਿਤੇ ਏਜ ਜਿਹੜੀ ਆ ਉਹ ਅਫੈਕਟ ਕਰਦੀ ਹੈ, ਬਟ 100 ਚੋਂ 100% ਅੰਕ ਲੈਣ ਵਾਲਾ ਰਵੀ ਉਦੇ ਸਿੰਘ ਇਸ ਵਕਤ ਸਾਡੇ ਨਾਲ ਹੈ। ਰਵੀ, ਪਹਿਲਾਂ ਤਾਂ ਸਵਾਗਤ ਹੈ ਅਤੇ ਵਧਾਈਆਂ ਨਿਊਜ਼ 18 ਨੂੰ। ਹਾਂਜੀ, ਬਹੁਤ ਬਹੁਤ ਥੈਂਕ ਯੂ ਜੀ ਤੁਹਾਨੂੰ। ਰਵੀ, ਕਿਵੇਂ ਸੋਚਿਆ ਸੀ ਔਰ ਸੀ ਵਾਕਈ ਇਹੀ ਡ੍ਰੀਮ ਕਿ ਪੰਜਾਬ ਨੂੰ ਟੌਪ ਕਰਨਾ ਹੈਗਾ? ਹਾਂਜੀ, ਇਹ ਵੀ ਡ੍ਰੀਮ ਸੀ ਅਤੇ ਹੋਰ ਵੀ ਅੱਗੇ ਡ੍ਰੀਮ, ਆਪਣੇ ਆਰਮੀ ਦੇ ਵਿੱਚ ਆਫਿਸਰ ਬਣਨਾ, ਉਹ ਸਾਰੇ ਡ੍ਰੀਮ ਸੀਗੇ। ਉਹਨਾਂ ਦੇ ਨਾਲ ਨਾਲ ਹੀ ਸਾਰਾ ਕੁਛ ਸਟੱਡੀਜ਼ ਕਰਨੀਆਂ ਪਈਆਂ। ਫਿਰ ਇਹ ਵੀ ਪਤਾ ਲੱਗਿਆ ਕਿ ਸਿਸਟਰ ਵੀ ਜਿਹੜੇ ਪਿਛਲੀ ਵਾਰੀ ਸੀਗੇ ਉਹ ਮੈਰਿਟ 'ਚ ਸੀਗੇ, ਪਰ ਕਿਤੇ ਨਾ ਕਿਤੇ ਇੱਥੇ ਨਹੀਂ ਸੀਗੇ ਕਿ ਪਹਿਲਾ ਦੂਜਾ ਤੀਜਾ ਸਥਾਨ, ਅਤੇ ਉਹ ਕਿਤੇ ਉਦੋਂ ਵੀ ਇੰਝ ਲੱਗਦਾ ਸੀ ਕਿ ਚਲੋ ਭੈਣ ਤੋਂ ਨਹੀਂ ਹੋਇਆ ਤਾਂ ਭਰਾ ਕਰ ਲੂਗਾ ਨਾ। ਹਾਂਜੀ, ਨਹੀਂ ਉਹ ਵੀ ਮੋਟੀਵੇਟ ਕਰਦੇ ਰਹਿੰਦੇ ਸੀਗੇ, ਹਾਂਜੀ ਸਿਸਟਰ ਮੇਰੇ, ਅਤੇ ਬਸ ਉਹਨਾਂ ਦੇ ਸਾਰਿਆਂ ਨਾਲ ਮੋਟੀਵੇਸ਼ਨ ਨਾਲ ਆਪਾਂ ਲੈ ਲਿਆ ਸਥਾਨ। ਆਪਾਂ ਮਤਲਬ ਐਂ ਚਾਹੁੰਦੇ ਸੀ ਪਰਫੈਕਟ ਆਪਾਂ ਆਪਦੇ ਆਪ ਨੂੰ ਤਿਆਰ ਕਰ ਲਈਏ ਸਟੱਡੀਜ਼ ਵਾਸਤੇ, ਉਸ ਹਿਸਾਬ ਨਾਲ ਪੇਪਰ ਸਾਰੇ ਆਪਾਂ ਦੇ ਤੇ। ਨਾਲ ਨਾਲ ਹੋਰ ਕਿਵੇਂ, ਅੱਜ ਕੱਲ੍ਹ ਤਾਂ ਜਨਰੇਸ਼ਨ ਜਿਹੜੀ ਉਹ ਸੋਸ਼ਲ ਮੀਡੀਆ 'ਤੇ ਬੜਾ ਜ਼ੋਰ ਆ ਉਹਨਾਂ ਦਾ, ਕੋਈ ਟਾਈਮ ਬਾਉਂਡ ਕੀਤਾ ਸੀ ਇੰਨਾ ਟਾਈਮ ਉੱਥੇ ਲਾਉਣਾ ਹੈਗਾ, ਮੋਬਾਈਲ, ਫੇਸਬੁੱਕ, ਇੰਸਟਾ, ਸਭ ਕੁਛ, ਇਹ ਸਾਰੇ ਕਿਸੇ 'ਤੇ? ਨਹੀਂ, ਉਹ ਅਕਾਊਂਟਸ ਬਣੇ ਹੋਏ ਸੀਗੇ ਪਹਿਲਾਂ, ਪਰ ਆਪਾਂ ਐਕਟਿਵ ਨਹੀਂ ਗਏ ਜੀ ਉੱਥੇ ਜਮ੍ਹਾਂ ਵੀ, ਅਤੇ ਇਹ ਕਹਿ ਸਕਦੇ ਹੋ ਵੀ ਆਪਾਂ ਸਟੱਡੀਜ਼ 'ਤੇ ਹੀ ਫੋਕਸ ਸੀਗਾ ਆਪਣਾ ਪੂਰਾ। ਮੈਨੂੰ ਇੰਝ ਵੀ ਪਤਾ ਲੱਗਿਆ ਕਿ ਨਾਲ ਨਾਲ ਖਿਡਾਰੀ ਵੀ ਬਹੁਤ ਵਧੀਆ। ਹਾਂਜੀ, ਬੈਡਮਿੰਟਨ ਦਾ ਪਲੇਅਰ ਆਈ ਮੈਂ ਨੈਸ਼ਨਲ ਦਾ, ਅਤੇ 2 ਵਾਰੀ ਨੈਸ਼ਨਲ ਖੇਡੇ ਆਇਆ ਮੈਂ। ਹਾਂਜੀ, ਅਤੇ ਅਕਸਰ ਇਹ ਕਿਹਾ ਜਾਂਦਾ ਕਿ ਜੇ ਬੱਚਾ ਖੇਡਾਂ ਜ਼ਿਆਦਾ ਹੈਗਾ ਤਾਂ ਕਿਤੇ ਨਾ ਕਿਤੇ ਪੜ੍ਹਾਈ ਇਫੈਕਟ ਕਰਦੀ ਹੈ, ਜੇ ਪੜ੍ਹਾਈ ਜ਼ਿਆਦਾ ਤਾਂ ਖੇਡ ਇਫੈਕਟ ਕਰਦੀ ਆ। ਪੈਰਲਰ ਬੈਲੈਂਸ ਕਿਵੇਂ ਬਣਾ ਕੇ ਰੱਖਿਆ, ਕਿਹੜਾ ਸਿਹਤ ਦੇਣ ਵਾਲਾ ਕੌਣ ਹੈ ਘਰ ਦੇ ਵਿੱਚੋਂ ਜਿੰਨਾ ਪੈਰਲਰ ਬੈਲੈਂਸ ਬਣਿਆ ਹੋਇਆ ਅੱਜ ਪੰਜਾਬ 'ਚੋਂ 100% ਹੈ ਨਾ, 500 ਚੋਂ 500? ਹਾਂਜੀ, ਨਹੀਂ ਘਰਦਿਆਂ ਨਾਲ ਆਪਣਾ ਮਤਲਬ ਘਰਦਿਆਂ ਨੇ ਬਹੁਤ ਹੈਲਪ ਕੀਤੀ ਨਾਲ, ਜਿਵੇਂ ਬਸ ਪੇਪਰ ਵਾਲੇ ਦਿਨ ਥੋੜ੍ਹਾ ਜਿਹਾ ਆਪਾਂ ਗੇਮ ਨੂੰ ਘਟਾ ਦਿੰਦੇ ਹੁੰਦੇ ਸੀਗੇ, ਵੈਸੇ ਗੇਮ ਰੈਗੂਲਰ ਹੀ ਚੱਲਦੀ ਹੁੰਦੀ ਸੀਗੀ ਆਪਣੀ, ਬਸ ਥੋੜ੍ਹਾ ਜਿਹਾ ਪੇਪਰਾਂ ਵੇਲੇ ਘਟਾ ਦਿੰਦੇ ਹੁੰਦੇ ਸੀਗੇ, ਜਿਵੇਂ ਕੋਈ ਪੇਪਰ ਔਖਾ ਆਇਆ ਫਿਰ ਉਹ ਸਟੱਡੀਜ਼ ਨਹੀਂ ਆਪਾਂ ਇਫੈਕਟ ਹੋ ਦਿੰਦੇ ਸੀਗੇ। ਅਗਲਾ ਸੁਪਨਾ ਕੀ ਆ, ਕੀ ਸੁਪਨਾ ਔਰ ਕਿੱਥੇ ਕਿਹੜੀ ਪੋਜੀਸ਼ਨ ਤੇ ਕਿਹੜੀ ਤੇ ਜਾਣਾ ਹੈਗਾ? ਮੇਰਾ ਇੰਡੀਆ ਦੇ ਵਿੱਚ ਲੈਣ ਦਾ ਹੈਗਾ ਸੁਪਨਾ ਜੀ, ਮੈਂ ਆਫਿਸਰ ਬਣਨਾ ਚਾਹੁੰਦਾ ਆਰਮੀ ਦੇ ਵਿੱਚ, ਬਸ ਇਹੀ ਸੁਪਨਾ ਆ। ਆਰਮੀ ਇੱਕ ਇਹੋ ਜਿਹੀ ਲੈਣ ਆ, ਅੱਜ ਕੱਲ੍ਹ ਤਾਂ ਪੰਜਾਬ ਦੇ ਬੱਚੇ ਜਿਹੜੇ ਆ ਉਹ ਦੇਸ਼ ਨੂੰ ਜਾਣ ਦੀ ਗੱਲ ਕਰਦੇ ਆ, ਤੇ ਦੇਸ਼ ਵਾਲੀ ਲੈਣ ਦੇ ਵਿੱਚ ਹੈ ਨਾ ਆਰਮੀ ਦੇ ਵਿੱਚ। ਕਿਵੇਂ ਸੋਚਿਆ, ਕਿਹਨੇ ਮੋਟੀਵੇਟ ਕੀਤਾ ਕੁਛ? ਨਹੀਂ, ਸਾਰੇ ਘਰਦਿਆਂ ਨੇ ਮੋਟੀਵੇਟ ਕੀਤਾ, ਨਾਲੇ ਬਾਹਰ ਜਾਣਾ ਫਿਰ ਉਹ ਘਰਦਿਆਂ ਤੋਂ ਦੂਰ ਹੋਣਾ ਥੋੜ੍ਹਾ ਜਿਹਾ, ਅਤੇ ਪਹਿਲਾਂ ਆਪਾਂ ਇੱਥੇ ਆ ਕੇ ਹੁਣ ਆਪਾਂ ਟਰਾਈ ਕਰੀਏ ਸਾਰਾ ਕੁਛ ਆਪਣੇ ਜਿਹੜੇ ਹੱਥ 'ਚ ਆ, ਤਾਂ ਉਹ ਚੀਜ਼ਾਂ ਸਾਰੀਆਂ ਆਪਾਂ ਪਹਿਲਾਂ ਟਰਾਈ ਕਰਦੇ ਹਾਂ, ਬਾਕੀ ਆਰਮੀ ਦੇ ਵਿੱਚ ਹੀ ਅਫਸਰ ਬਣਨਾ। ਫਾਦਰ ਅਤੇ ਮਦਰ ਕੀ ਕਰਦੇ ਆ ਔਰ ਕਿਹਦੀ ਮੋਟੀਵੇਸ਼ਨ ਜ਼ਿਆਦਾ ਮੰਨਦੇ ਹੋ? ਕਿਉਂਕਿ ਕਹਿੰਦੇ ਆ ਕਿ ਘਰ 'ਚੋਂ ਜੇ ਇੱਕ ਜਣਾ ਗੁੱਸੇ ਵਾਲਾ ਹੋਵੇ ਤਾਂ ਹੀ ਬੱਚੇ ਅੱਗੇ ਪੜ੍ਹਦੇ ਆ, ਅਤੇ ਇੱਕ ਜਣਾ ਪਿਆਰ ਦੇ ਵਾਲਾ ਹੋਵੇ, ਕੀ ਕਿੰਨਾ ਤੂੰ ਦੋਵਾਂ 'ਚ ਮੰਨਦੇ, ਕਿਸ ਤਰ੍ਹਾਂ ਦਾ ਹੈ ਵਿਹਾਰ ਕਿਵੇਂ? ਹਾਂਜੀ, ਮਤਲਬ ਪਾਪਾ ਦਾ ਥੋੜ੍ਹਾ ਜਿਹਾ ਗੁੱਸੇ ਵਾਲਾ ਮਾਹੌਲ ਹੈ,
ਤੇ ਮੰਮਾ ਥੋੜਾ ਜਿਹਾ ਹਾਂਜੀ ਪਿਆਰ ਨਾਲ ਵੀ ਗੁੱਸਿਆ ਨਾ ਹੁੰਦਾ ਪਾਪਾ ਜਦ ਮੈਰਿਟ ਵੀ ਨਾ ਹੁੰਦੀ ਹਾਂਜੀ ਹੋ ਸਕਦਾ ਜੀ ਪਾਪਾ ਕੀ ਕਰਦੇ ਕੀ ਪਾਪਾ ਟੀਚਰ ਆ ਜੀ ਲੈਕਚਰਰ ਆ ਗਵਰਨਮੈਂਟ ਸਕੂਲ ਚ ਮਦਰ ਮਦਰ ਵੀ ਟੀਚਰ ਹੈ ਓਕੇ ਦੋਵੇਂ ਟੀਚਰ ਨੇ ਹਾਂਜੀ ਤੇ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੱਥੋਂ ਮਿਲੀ ਜਿੱਥੋਂ ਲੱਗਦਾ ਸੀਗਾ ਕਿ ਨਹੀਂ ਹੁਣ ਆਹ ਕਰਨਾ ਹੀ ਆ ਸਰ ਸਭ ਤੋਂ ਜ਼ਿਆਦਾ ਕਿਹਨੂੰ ਮੰਨਦੇ ਹੈ ਕਿਉਂਕਿ ਇਸ ਬੰਦੇ ਦਾ ਬਹੁਤ ਵੱਡਾ ਰੋਲ ਰਿਹਾ ਹੈਗਾ ਮੈਂ ਫਾਦਰ ਸਾਹਿਬ ਦਾ ਬਹੁਤ ਮੰਨਦਾ ਜੀ ਉਹਨਾਂ ਦੀ ਸਾਰੀ ਆਪਾਂ ਗੱਲ ਮੰਨਦੇ ਹਾਂ ਤੇ ਉਹਨਾਂ ਦਾ ਹੀ ਸਾਰਾ ਮੋਟੀਵੇਸ਼ਨ ਹੈ ਬਾਕੀ ਸਾਰਾ ਪਰਿਵਾਰ ਹੀ ਆਪਣੇ ਨਾਲ ਖੜਾ ਜੀ ਹਾਂਜੀ ਕੋਈ ਕੋਈ ਮਤਲਬ ਕਿ ਅੱਜ ਤੱਕ ਪੜ੍ਹਾਈ ਦੇ ਵਿੱਚ ਕਿਤੇ ਇੰਜ ਵੀ ਹੋਇਆ ਹੋਵੇ ਕੋਈ ਸਮੱਸਿਆ ਆਈ ਹੋਵੇ ਲੱਗਿਆ ਹੋਵੇ ਨਹੀਂ ਯਾਰ ਕਿਤੇ ਮਗਰ ਜੇ ਰਹਿ ਜਾਗੇ ਮੈਰਿਟ ਚ ਹੀ ਆ ਜਾਗੇ ਇੰਨੇ ਕੋ ਪਰਸੈਂਟ ਹੀ ਹੋ ਜਾਣਗੇ ਜਦੋਂ ਪੇਪਰ ਦੇਤੇ ਸੀ ਉਦੋਂ ਬਾਅਦ ਕੀ ਸੋਚਦਾ ਸੀ ਮਨ ਨਹੀਂ ਉਹ ਮੈਰਿਟ ਆਪਾਂ ਤਿਆਰੀ ਉਸ ਹਿਸਾਬ ਨਾਲ ਕੀਤੀ ਜਿਵੇਂ ਕਿਤੇ ਆਪਾਂ ਨੂੰ ਕਮੀ ਪੇਸ਼ੀ ਰਹਿੰਦੀ ਸੀਗੀ ਤਾਂ ਮੈਂ ਪਾਪਾ ਨੂੰ ਕਹਿੰਦਾ ਹੁੰਦਾ ਸੀਗਾ ਫਿਰ ਪਾਪਾ ਆਪਦੇ ਨਾਲ ਦੇ ਸਰਕਲ ਲਾਈਨ ਚ ਕੋਈ ਵੀ ਟੀਚਰ ਆ ਉਹਨਾਂ ਤੋਂ ਅਸੀਂ ਹੈਲਪ ਲੈ ਲੈਂਦੇ ਹੁੰਦੇ ਸੀਗੇ ਕੋਈ ਚੀਜ਼ ਨਹੀਂ ਸਮਝ ਆਈ ਫਿਰ ਉਹਨਾਂ ਤੋਂ ਅਸੀਂ ਸਾਰਿਆਂ ਤੋਂ ਉਹਨਾਂ ਨੇ ਸਾਰਿਆਂ ਨੇ ਹੈਲਪ ਕੀਤੀ ਪਾਪਾ ਦੇ ਨਾਲ ਦੇ ਜਿਹੜੇ ਵੀ ਟੀਚਰ ਸੀਗੇ ਉਹਨਾਂ ਤੋਂ ਹੈਲਪ ਲੈ ਕੇ ਬਸ ਕਰਤਾ ਜੀ ਲਾਸਟ ਗੱਲ ਆਪਦੇ ਨਾਲਦਿਆਂ ਨੂੰ ਕੀ ਕਹੋਗੇ ਕਿਉਂਕਿ ਪਲੱਸ 2 ਤੋਂ ਬਾਅਦ ਬੱਚੇ ਨੇ ਆਪਦਾ ਫੀਲਡ ਚੂਜ਼ ਕਰਨਾ ਹੁੰਦਾ ਬਹੁਤ ਵਿਦੇਸ਼ਾਂ 'ਚ ਜਾ ਰਹੇ ਨੇ ਬਹੁਤ ਕੁਝ ਹੋਰ ਹੋ ਰਿਹਾ ਹਨਾ ਔਰ ਨਾਲ ਹੀ ਜਿਹੜਾ ਹੈਗਾ ਇੱਕ ਫੀਲਡ ਵੀ ਚੂਜ਼ ਕਰਨਾ ਉਸ ਤੋਂ ਇਲਾਵਾ ਸਾਈਡ ਵੀ ਭਟਕ ਜਾਂਦੇ ਨੇ ਕੀ ਕਹੋਗੇ ਉਹਨਾਂ ਨੂੰ ਸੁਨੇਹਾ ਕੀ ਹੈਗਾ ਆਪਣੇ ਨਾਲਦਿਆਂ ਨੂੰ ਉਹਨਾਂ ਨੂੰ ਇਹੀ ਸੁਣਿਆ ਜੀ ਬਸ ਆਪਣਾ ਦੇਸ਼ ਨਾ ਛੱਡੋ ਦੇਸ਼ ਦੀ ਆਪਣੀ ਸੇਵਾ ਕਰੋ ਆਪਣੇ ਦੇਸ਼ 'ਚ ਬਹੁਤ ਕੁਛ ਹੈਗਾ ਜੀ ਕਰਨ ਨੂੰ ਤਾਂ ਆਪਦੀ ਬਸ ਮਿਹਨਤ ਕਰੋ ਮਿਹਨਤ ਤਾਂ ਦੋਵੇਂ ਪਾਸੇ ਕਰਨੀ ਪੈਣੀ ਹੈ ਇੱਥੇ ਆਪਦੀ ਕਰ ਲਓਗੇ ਤਾਂ ਚੰਗੇ ਆ ਰਵਾਂਗੇ ਆਪਾਂ ਇਹ ਕਹਿਣਾ ਮੈਂ ਰਵੀ ਕੋਈ ਖਾਸ ਗੱਲ ਜਿਹੜੀ ਹੈਗੀ ਹੈ ਨਿਊਜ਼ 18 ਦੇ ਜ਼ਰੀਏ ਕਹਿਣਾ ਚਾਹੁੰਦਾ ਹੋਵੇ ਬਸ ਖਾਸ ਇਹੀ ਹੈ ਸਾਰੇ ਨੌਜਵਾਨ ਨੂੰ ਬੇਨਤੀ ਹੈ ਵੀ ਆਪਾਂ ਮਿਹਨਤ ਕਰੀਏ ਆਪਾਂ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰੀਏ ਤੇ ਖੇਡਾਂ ਵਾਲੇ ਪਾਸੇ ਨੂੰ ਵੀ ਆਪਾਂ ਕਰੀਏ ਕਿਉਂਕਿ ਇਕੱਲੇ ਪੜ੍ਹਾਈ ਨਾਲ ਆਪਣੀ ਸਿਹਤ ਦਾ ਵੀ ਬਹੁਤ ਅਸਰ ਪੈਂਦਾ ਜੀ ਤਾਂ ਉਸ ਹਿਸਾਬ ਨਾਲ ਆਪਾਂ ਮਤਲਬ ਖੇਡ ਨੂੰ ਵੀ ਆਪਾਂ ਅੱਗੇ ਨਾਲ ਨਾਲ ਲੈ ਕੇ ਜਾਈਏ ਰਵੀ ਦੇ ਮਾਤਾ ਨੇ ਨਾਲ ਸਾਡੇ ਕੀ ਮਹਿਸੂਸ ਕਰਦੇ ਜਦੋਂ ਰਿਜ਼ਲਟ ਸੁਣਿਆ ਉਦੋਂ ਕਿਵੇਂ ਲੱਗਿਆ ਔਰ ਕੀ ਮਹਿਸੂਸ ਕਰਦੇ ਆ ਇੱਕ ਵਾਰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਵੀ ਇੱਕ ਹਿਸਾਬ ਨਾਲ ਫਸਟ ਪੋਜੀਸ਼ਨ ਹੀ ਆ 100% ਮਾਰਕਸ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਿਹਰ ਹੈ ਬੱਚਿਆਂ ਦੇ ਉੱਪਰ ਗੁੜੀਆ ਵੀ MBBS ਕਰ ਰਹੀ ਹੈ ਸੈਕਿੰਡ ਈਅਰ 'ਚ ਤੇ ਬੇਟੇ ਨੇ ਵੀ ਬਹੁਤ ਵੱਡੀ ਬਾਜ਼ੀ ਮਾਰੀ ਹੈ ਸਭ ਬਾਬਾ ਜੀ ਦੀ ਮਿਹਰ ਹੈ ਤੁਹਾਨੂੰ ਸਭ ਤੋਂ ਪਹਿਲਾਂ ਰਿਜ਼ਲਟ ਪਤਾ ਕਿੱਥੋਂ ਲੱਗਿਆ ਮੈਨੂੰ ਮੇਰੇ ਇਹਨਾਂ ਦੇ ਪਾਪਾ ਇਹ ਗਏ ਹੋਏ ਸੀਗੇ ਬਾਹਰ ਹੀ ਤੇ ਇਹਨਾਂ ਦਾ ਹੀ ਫੋਨ ਆਇਆ ਕਹਿੰਦੇ ਵੀ 100% ਮਾਰਕਸ ਆਏ ਆ ਤੇ ਮੈਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਤੇ ਚਲੋ ਫਿਰ ਨਾਲ ਦੀ ਨਾਲ ਜਦੋਂ ਸਾਰਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਯਕੀਨ ਹੋ ਗਿਆ ਬੈਲੈਂਸ ਬੜਾ ਬਣਾ ਕੇ ਰੱਖਿਆ ਬੱਚੇ ਨੇ ਖੇਡ 'ਚ ਵੀ ਹਨਾ ਨੈਸ਼ਨਲ ਆ ਇਸ ਤੋਂ ਇੱਧਰਲੇ ਪਾਸੇ ਵੀ ਉਸੇ ਤਰ੍ਹਾਂ ਕੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਵਿਹਾਰ ਘਰੇ ਕਿਵੇਂ ਹੈਗਾ ਬੱਚਾ ਮਤਲਬ ਕਿ ਇੱਕ ਤਾਂ ਹੁੰਦਾ ਕਿ ਨਹੀਂ ਪੜਾਕੂ ਹੀ ਅਨੇਰਾ ਜਾਂ ਖੇਡ 'ਚ ਆ ਘਰੇ ਤੁਹਾਡੇ ਨਾਲ ਕਿਵੇਂ ਵਿਹਾਰ ਕਿਵੇਂ ਘਰੇ ਤਾਂ ਇਹਦਾ ਵਿਹਾਰ ਅਸੀਂ ਮਤਲਬ ਵੀ ਮੈਨੂੰ ਐਂ ਲੱਗਦਾ ਵੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਵੀ ਉਹਦੇ ਨਾਲੋਂ ਬਿਲਕੁਲ ਹੀ ਡਿਫਰੈਂਟ ਹੈ ਇਹਨੇ ਜਦੋਂ ਪੜ੍ਹਨਾ ਵੀ ਹੁੰਦਾ ਇਹਦਾ ਫੋਨ ਦੂਸਰੇ ਕਮਰੇ 'ਚ ਪਿਆ ਹੁੰਦਾ ਸੀ ਜਦੋਂ ਪੜ੍ਹਦਾ ਹੁੰਦਾ ਸੀ ਬਿਲਕੁਲ ਮਤਲਬ ਡਿਸਟਰੈਕਸ਼ਨ ਨਹੀਂ ਸੀ ਇਹਨੂੰ ਐਂ ਹੁੰਦਾ ਸੀ ਵੀ ਪਾਸੇ ਪਿਆ ਰਵੇ ਫੋਨ ਤੇ ਜੇ ਇਹਨੇ ਖੇਡਣ ਜਾਣਾ ਹੁੰਦਾ ਸੀ ਉਹਦੇ ਵਿੱਚ ਵੀ ਉਹਦਾ ਇੰਨਾ ਹੀ ਧਿਆਨ ਹੁੰਦਾ ਸੀਗਾ ਵੀ ਆਪਾਂ ਨੂੰ ਵੀ ਪਤਾ ਨੈਸ਼ਨਲ ਪੋਜੀਸ਼ਨ ਲੈਣੀ ਬਹੁਤ ਔਖੀ ਹੈ ਗੇਮ ਵੀ ਬੈਡਮਿੰਟਨ ਹੈ ਵੀ ਕੋਈ ਟੀਮ ਵਾਲੀ ਗੇਮ ਨਹੀਂ ਹੈਗੀ ਤੇ ਬਾਕੀ ਮਤਲਬ ਵੀ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਵੀ ਫੋਨ ਜਿਹੜਾ ਹੈਗਾ ਮਤਲਬ ਉਹਦੇ ਕਰਕੇ ਹੀ ਬੱਚਾ ਜ਼ਿਆਦਾ ਪਿੱਛੇ ਜਾਂਦਾ ਨਾ ਹੀ ਇਹ ਸੋਸ਼ਲ ਮੀਡੀਆ 'ਤੇ ਕੋਈ ਇੰਨਾ ਐਕਟਿਵ ਹੈਗਾ ਮਤਲਬ ਵੀ ਜਿਵੇਂ ਬਸ ਫੋਨ ਵੱਡੀ ਇਸੇ ਕਰਕੇ ਹੀ ਹੈ ਇਹਦੀ ਅਚੀਵਮੈਂਟ ਤੇ ਬਹੁਤ ਓਬੀਡੀਐਂਟ ਹੈ ਬਸ ਜਿਵੇਂ ਕਹਿ ਲਓ ਬਾਕੀ ਨਾਲ ਦੇ ਵੀ ਬੈਠੇ ਆ ਵੀ ਸਾਡੇ ਸਾਰੇ ਚਾਚਾ ਜੀ ਬੈਠੇ ਆ ਜਾਂ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਬਹੁਤ ਕੂਲ ਨੇਚਰ ਦਾ ਤੇ ਵਧੀਆ ਬਹੁਤ ਵਧੀਆ ਬੱਚਾ ਵੀ ਮੈਂ ਵੇਖਿਆ ਤੇਰੇ ਨਾਮ ਤੇ ਇੱਕ ਆਈਡੀ ਜ਼ਰੂਰ ਆ ਫੇਸਬੁੱਕ ਤੇ ਪਰ ਮੇਰੇ ਖਿਆਲ ਚੋਂ ਛੋਟੇ ਹੁੰਦਿਆਂ ਦੀ ਹੈ ਕਿਤੇ ਉਹ ਫੋਟੋ ਲੱਗੀ ਹੋਈ ਹੈ ਨਹੀਂ ਉਹ ਜਦੋਂ ਅਸੀਂ ਛੋਟੇ ਹੁੰਦੇ ਸੀ ਨਾਨਕੀ ਨੁਣਕੀ ਜਾਂਦੇ ਸੀ ਉਹ ਭਰਾਵਾਂ ਨੇ ਬਣਾ ਬਣੂ ਦਿੱਤੀ ਕਹਿ ਕਿਉਂਕਿ
ਪਰ ਉਹ ਆਪਾਂ ਹੁਣ ਬਹੁਤ ਘੱਟ ਚਲਾਉਂਦੇ ਹਾਂ, ਮਤਲਬ ਕਿ ਐਕਟਿਵ ਨਹੀਂ ਹੈਗੇ, ਹੈ ਨਾ, ਸੋਸ਼ਲ ਮੀਡੀਆ ਤਿਆਗਿਆ ਹੋਇਆ ਕਿ ਲਗਭਗ ਲਗਭਗ ਕਹਿ ਸਕਦੇ ਹਾਂ ਜੀ, ਦਿਨ ਚੋਂ ਤਾਂ ਵੀ ਅੱਧਾ ਕੋ ਘੰਟਾ ਘੰਟਾ ਨਹੀਂ ਨਹੀਂ ਕੋਈ 15 ਮਿੰਟ ਯੂਟਿਊਬ ਵਗੈਰਾ ਦੇਖ ਲੈਣੇ ਹੁੰਦੇ ਆ, ਉਹ ਚ ਵੀ ਕਈ ਵਾਰੀ ਪੜ੍ਹਾਈ ਦੀਆਂ ਚੀਜ਼ਾਂ, ਕਈ ਵਾਰੀ ਗੇਮ ਦੀਆਂ ਚੀਜ਼ਾਂ, ਬੈਡਮਿੰਟਨ ਦੀਆਂ ਵੀ ਵੀਡੀਓਸ ਦੇਖ ਲੈਣਾ ਹੁੰਦਾ ਮੈਂ ਵੀ ਆਪਾਂ। ਹਾਂਜੀ ਪੂਰਾ ਰਵੀ ਦੇ ਫਾਦਰ ਸਾਹਿਬ ਨਾਲ ਨੇ, ਕਹਿੰਦੇ ਸਭ ਤੋਂ ਵੱਡਾ ਮੋਟੀਵੇਸ਼ਨ ਜਿਹੜਾ ਹੈਗਾ ਉਹ ਫਾਦਰ ਤੋਂ ਮਿਲਿਆ, ਗੁੱਸੇ ਵਾਲੇ ਜ਼ਰੂਰ ਹੈ, ਤੁਸੀਂ ਕੀ ਕਹੋਗੇ? ਵੇਖੋ ਜੀ, ਗੁੱਸਾ ਤਾਂ ਆਪਾਂ ਜੇਕਰ ਬੱਚਿਆਂ 'ਤੇ ਪੇਰੈਂਟਸ ਗੁੱਸਾ ਕਰਦੇ ਤਾਂ ਉਹਦੀ ਬਿਹਤਰੀ ਲਈ ਹੀ ਕਰਦੇ ਹਾਂ, ਤਾਂ ਮੈਨੂੰ ਮਾਣ ਹੈ ਅੱਜ ਸਾਡੇ ਬੱਚੇ ਨੇ, ਸਾਡਾ ਸਾਰੇ ਹੀ ਪਰਿਵਾਰ ਦਾ, ਸਾਡੇ ਭਾਈ ਬਲਵੰਤ ਸਿੰਘ ਜੀ, ਭਾਈ ਪ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ, ਤਾਂ ਇਹਦੇ ਨਾਲ ਸਾਡੇ ਸਾਰੇ ਸਾਡੇ ਅਧਿਆਪਕ ਵਰਗ ਦਾ ਵੀ ਸਿਰ ਜਿਹੜਾ ਉੱਚਾ ਹੋਇਆ, ਸਾਡੇ ਸਾਰੇ ਸਟਾਫ ਦਾ ਬੜਾ ਯੋਗਦਾਨ ਰਿਹਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਇਸ ਬੱਚੇ ਨੇ ਸਟੱਡੀ ਦੇ ਨਾਲ ਨਾਲ ਗੇਮਾਂ ਦੇ ਵਿੱਚ ਵੀ ਪੈਰਲਲ, ਆਮ ਤੌਰ 'ਤੇ ਵੇਖਿਆ ਜਾਂਦਾ ਕਿ ਜੇਕਰ ਤੁਸੀਂ ਸਟੱਡੀ ਕਰਨੀ ਹੈ ਤਾਂ ਤੁਸੀਂ ਗੇਮਾਂ ਤੋਂ ਦੂਰ ਹੋ, ਤਾਂ ਇਹ ਬੱਚੇ ਨੇ ਸਾਇੰਸ ਸਬਜੈਕਟ ਰੱਖ ਕੇ ਪੰਜਾਬ ਦੇ ਵਿੱਚ, ਪਿਛਲੇ ਸਾਲ ਵੀ ਇਹਦੀ ਪੁਜੀਸ਼ਨ ਸੀ ਸੈਕਿੰਡ ਖੇਡਾਂ ਵਤਨ ਪੰਜਾਬ 'ਚ, ਐਤਕੀ ਵੀ ਮੁਕਤਸਰ ਜ਼ਿਲ੍ਹੇ ਦਾ ਕੈਪਟਨ ਰਿਹਾ, ਅਤੇ ਪੰਜਾਬ ਦੇ ਵਿੱਚੋਂ ਇਹਨਾਂ ਦਾ ਸਾਡਾ ਡਿਸਟ੍ਰਿਕਟ ਆ ਜਿਹੜਾ ਸੈਕਿੰਡ ਇਹ ਕੈਪਟਨ ਸੀਗਾ। ਸੋ ਨਾਲ ਪੰਜਾਬ ਦੇ, ਪੰਜਾਬ ਨੂੰ ਇਹਨਾਂ ਨੇ ਰੀਪ੍ਰਜੈਂਟ ਕੀਤਾ ਨੈਸ਼ਨਲ, ਆਂਧਰਾ ਪ੍ਰਦੇਸ਼ ਵਿਜੇਵਾੜਾ ਦਸੰਬਰ ਦੇ ਵਿੱਚ ਇਹ ਨੈਸ਼ਨਲ ਖੇਡ ਕੇ ਆਏ ਆ। ਸੋ ਸਾਡੀ ਤਾਂ ਦੁਆ ਇਹੀ ਹੈ ਕਿ ਹੁਣ ਜਿਹੜਾ ਇਹਦਾ ਸੁਪਨਾ ਹੈਗਾ ਇਹ NDA ਕਲੀਅਰ ਕਰਕੇ ਆਰਮੀ ਦੇ ਵਿੱਚ ਐਜ਼ ਏ ਆਫਿਸਰ ਜਾਣਾ ਚਾਹੁੰਦਾ, ਔਰ ਨਾਲ ਨਾਲ ਆਪਣੀ ਗੇਮ ਨੂੰ ਵੀ ਅੱਗੇ ਜਾਰੀ ਰੱਖਣਾ ਚਾਹੁੰਦਾ। ਸੋ ਅਸੀਂ, ਸਾਡੀ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਪਰਮਾਤਮਾ ਇਹਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਦਾ ਰਹੇ ਔਰ ਇਹਨੂੰ ਵੱਧ ਤੋਂ ਵੱਧ ਬਲ ਬਖਸ਼ੇ ਕਿ ਆਪਦੇ ਲਾਈਨ ਦੇ ਵਿੱਚ ਕਾਮਯਾਬ ਹੋਵੇ। ਪਹਿਲੇ ਰਿਜ਼ਲਟ ਕਿੱਥੋਂ ਪਤਾ ਲੱਗਿਆ ਔਰ ਉਦੋਂ ਕੀ ਮਹਿਸੂਸ ਕੀਤਾ ਸਭ ਤੋਂ ਪਹਿਲੀ? ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਿੰਸੀਪਲ ਆ ਸ਼੍ਰੀ ਸੁਧੀਰ ਕੁਮਾਰ ਜੀ, ਉਹਨਾਂ ਦਾ ਮੈਨੂੰ ਫੋਨ ਆਇਆ, ਅਤੇ ਮੈਨੂੰ ਯਕੀਨ ਹੀ ਨਹੀਂ ਹੋਇਆ। ਮੈਂ, ਸਾਨੂੰ ਉਮੀਦ ਸੀ ਵੀ ਇਹਦੇ ਨੰਬਰ ਚੰਗੇ ਆ ਜਾਣਗੇ, ਪਰ ਇੰਨਾ ਨਹੀਂ ਸਾਨੂੰ ਸੀਗਾ, ਵਿਸ਼ਵਾਸ ਜਾਂ ਨਹੀਂ ਆ ਰਿਹਾ ਸੀਗਾ ਕਿ ਮਤਲਬ ਕਿ 100% ਆ ਜਿਹੜੇ ਉਹ ਮਾਰਕ ਆ ਜਿਹੜੇ ਉਹ ਕਰ ਲਏਗਾ। ਸੋ ਇਹ ਸਾਡੇ ਮਤਲਬ ਕਿ ਸਾਨੂੰ ਐਂ ਲੱਗਦਾ ਕਿ ਕੋਈ ਸੁਪਨਾ ਹੀ ਅਸੀਂ ਵੇਖ ਰਹੇ ਹੋਈਏ। ਸੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਪਰਿਵਾਰ ਨੂੰ, ਸਾਡਾ ਬੱਚੇ ਨੇ ਨਾਂ ਰੌਸ਼ਨ ਕੀਤਾ ਜੀ। ਸੋ ਇਹ ਰਵੀ ਉਹਦੇ ਅਤੇ ਉਹਨਾਂ ਦਾ ਪਰਿਵਾਰ, ਜਿਸ ਬੱਚੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ 'ਚੋਂ ਪੰਜਾਬ 'ਚੋਂ ਦੂਜਾ ਸਥਾਨ ਹਾਸਲ ਕੀਤਾ। ਸੋ ਪਰਿਵਾਰ ਨਾਲ ਗੱਲਬਾਤ ਦੌਰਾਨ ਜਿੱਥੇ ਪਰਿਵਾਰਕ ਮੈਂਬਰਾਂ ਨੇ ਗੱਲਾਂ ਸਾਂਝੇ ਕੀਤੀਆਂ, ਉੱਥੇ ਰਵੀ ਦਾ ਸੁਪਨਾ ਜਿਹੜਾ NDA ਕਲੀਅਰ ਕਰਕੇ ਇੱਕ ਵਧੀਆ ਆਰਮੀ ਆਫਿਸਰ ਬਣਨ ਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਸੁਪਨੇ ਨੂੰ ਬੂਰ ਪਵੇ, ਅਸੀਂ ਇਹੀ ਦੁਆ ਕਰ ਸਕਦੇ ਹਾਂ। ਨਿਊਜ਼ 18 ਲਈ ਕੁਲਦੀਪ ਸਿੰਘ ਰੇਨੀ, ਸ਼੍ਰੀ ਮੁਕਤਸਰ ਸਾਹਿਬ।